ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਸਿਤਾਰੇ ਨਾਲ ਗੱਲਬਾਤ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਇੱਕ ਉਭਰਦੇ ਹੋਏ ਕਲਾਕਾਰ ਸ਼ਿੰਦਾ ਜੀ ਦੇ ਨਾਲ। ਸ਼ਿੰਦਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਜੀ। ਜਿਹੜਾ ਤੁਹਾਡਾ ਸੌਂਗ ਹੈ ਮਿਲੂੰਗਾ ਜ਼ਰੂਰ ਵਾਲਾ ਨਾ, ਉਹਦਾ ਜਿਹੜਾ ਡਾਇਲੋਗ ਹੈ ਉਹ ਸ਼ਾਇਦ ਸੌਂਗ ਦੇ ਨਾਲੋਂ ਜ਼ਿਆਦਾ ਪਾਪੂਲਰ ਹੋਇਆ, ਲੋਕਾਂ ਨੇ ਬਹੁਤ ਪਸੰਦ ਕੀਤਾ ਉਹਨੂੰ, ਕੋਈ ਵੀ ਸੋਸ਼ਲ ਸਾਈਟ ਲੈ ਲਓ, ਟਿਕਟੋਕ 'ਤੇ। ਅਸੀਂ ਇੰਟਰਵਿਊ ਦੀ ਸ਼ੁਰੂਆਤ ਨਾ ਉਸੇ ਡਾਇਲੋਗ ਤੋਂ ਕਰਨਾ ਚਾਹੁੰਦੇ ਹਾਂ। ਹਾਂਜੀ, ਜ਼ਰੂਰ ਜੀ। ਉਹ ਪੇਚੇ ਪੈਂਦੇ ਕਿਸਮਤ ਨਾਲ, ਵਿਰਲੇ ਜਿੱਤਦੇ ਨੇ, ਸ਼ਗਲਾਂ ਨਹੀਂ ਸੋਹਣਿਆ ਬੋਲ ਵਿਕਦੇ ਨੇ, ਇੱਕ ਕਦਮ ਵਧੇ ਆ ਮੰਜ਼ਿਲ ਨੂੰ, ਹਾਲੇ ਅੰਬਰੀ ਲਾਉਣੀ ਟਾਕੀ ਏ, ਉਹ ਅਜੇ ਤਾਂ ਕੁਝ ਨਹੀਂ ਹੋਇਆ, ਬਹੁਤ ਕੁਛ ਬਾਕੀ ਏ। ਬਿਲਕੁਲ ਜੀ, ਬਿਲਕੁਲ। ਸਰ, ਸ਼ੁਰੂਆਤ ਕਰਦੇ ਹਾਂ ਤੁਹਾਡੀ ਆਪਣੀ ਜਰਨੀ ਤੋਂ, ਕਦੋਂ ਸੋਚਿਆ ਇਸ ਲਾਈਨ ਵਿੱਚ ਆਉਣ ਬਾਰੇ, ਔਰ ਕਦੋਂ ਤੋਂ ਹੋ ਇਸ ਲਾਈਨ ਵਿੱਚ? ਵੈਸੇ ਸੋਚਿਆ ਤਾਂ ਬਚਪਨ ਤੋਂ ਸੀ, ਜਦੋਂ ਹੈ ਨਾ ਕੋਈ ਫੰਕਸ਼ਨ ਵਗੈਰਾ 'ਤੇ ਸਿੰਗਰ ਵਗੈਰਾ ਦੇਖਦੇ ਸੀ, ਅਤੇ ਫਿਰ ਹੌਲੀ ਹੌਲੀ ਜਦੋਂ ਚਾਅ ਵੱਧਦਾ ਗਿਆ, ਅਤੇ ਜਦੋਂ ਮੈਂ ਆਪਣੀ 10th ਪਾਸ ਆਊਟ ਕੀਤੀ, ਫਿਰ ਪਲੱਸ ਵਨ ਦੇ ਵਿੱਚ ਸ਼ੁਰੂਆਤ ਹੋਈ, ਸਾਰੇ ਘਰ ਦਾ ਸਪੋਰਟ ਸੀ ਨਾਲ, ਅਤੇ ਉਹਨਾਂ ਨਾਲ ਹੀ ਮਤਲਬ ਕਿ ਚੱਲਦਾ ਆਇਆ, ਅਤੇ ਹੁਣ ਫਾਈਨਲੀ ਇਹ ਵੀ ਸੌਂਗ ਕੀਤਾ ਫਸਟ ਸੌਂਗ। ਅਤੇ ਜੇ ਫਸਟ ਸੌਂਗ ਦੇ ਬ੍ਰੇਕ ਦੀ ਗੱਲ ਕਰੀਏ, ਕਿਵੇਂ ਚਾਂਸ ਮਿਲੇ ਸੌਂਗ ਨੂੰ ਲਾਂਚ ਕਰਨ ਦਾ? ਚਾਂਸ ਇਹ ਨਾ ਇੱਕ ਨੈਚੁਰਲ ਜੀ ਗੱਲ ਹੋਈ ਕਿ ਮੈਂ ਨਾ ਇੱਦਾਂ ਹੀ ਸੌਂਗ ਵੈਸੇ ਨਾ ਰਾਈਟ ਕੀਤਾ ਸੀ, ਵੈਸੇ ਰਾਈਟ ਕੀਤੇ ਬਹੁਤ ਸੌਂਗ ਪਏ ਨੇ, ਪਰ ਇਹ ਕਿ ਜਿਵੇਂ ਰਾਈਟ ਕੀਤਾ ਨਾ, ਉਸ ਤੋਂ 2 ਦਿਨ ਬਾਅਦ ਹੀ ਇੱਦਾਂ ਮਤਲਬ ਕਿ ਮੇਰੇ ਫਰੈਂਡ ਦਾ ਕੋਈ ਮੈਰਿਜ ਸੀ, ਅਤੇ ਮੈਂ ਉੱਥੇ ਗਿਆ, ਉੱਥੇ ਤਾਂ ਅਰਮਾਨ ਵਿਦਲ ਭਾਅ ਜੀ ਆਏ ਸੀ, ਬਹੁਤ ਨਾਮ ਉਹਨਾਂ ਦੇ ਏਜੇਂਟ ਦੇ ਵਿੱਚ, ਅਤੇ ਉਹਨਾਂ ਮਤਲਬ ਕਿ ਇੱਦਾਂ ਹੀ ਪਰਫੋਰਮ ਕਰਦੇ ਪਏ ਸੀ ਆਪਣਾ, ਅਤੇ ਮੈਨੂੰ 2-3 ਫਰੈਂਡ ਨੇ ਕਿਹਾ ਕਿ ਯਾਰ ਤੂੰ ਵੀ ਚੱਲ ਹੋ ਗਏ, ਤੂੰ ਵੀ ਤਾਂ ਕਾਫੀ ਵਧੀਆ ਕਰ ਲੈਣਾ ਹੈ ਨਾ, ਅਤੇ ਮੈਂ ਇੱਦਾਂ ਹੀ ਬਸ ਡਰਦਾ ਗਿਆ, ਅਤੇ ਫਿਰ ਮਾਈਕ ਫੜ ਕੇ ਮੈਂ ਤੂੰ 2-4 ਲਾਈਨਾਂ ਜਰੂਰ ਗਾਈਆਂ, ਅਤੇ ਸਪੋਰਟ ਬਹੁਤ ਜ਼ਿਆਦਾ ਮਿਲੀ ਉਸੇ ਟਾਈਮ, ਅਤੇ ਵੀਡੀਓ ਕਾਫੀ ਬਣ ਗਈਆਂ, ਕਾਫੀ ਵੀਡੀਓ ਵਾਇਰਲ ਹੋ ਗਈਆਂ ਇੰਸਟਾਗ੍ਰਾਮ ਪੇਜ ਵਗੈਰਾ 'ਤੇ, ਹਰ ਪਾਸੇ ਹੈ ਨਾ ਉਹ ਆ ਗਈ। ਫਿਰ ਮੈਨੂੰ ਲੱਗਾ ਕਿ ਯਾਰ ਸੌਂਗ ਕਰਨਾ ਚਾਹੀਦਾ, ਕਿਉਂਕਿ ਹਰ ਕਿਸੇ ਨੇ ਇਹੋ ਐਡਵਾਈਸ ਦਿੱਤੀ ਕਿ ਨਹੀਂ ਯਾਰ ਇਹ ਸੌਂਗ ਦਾ ਟਾਈਮ ਹੈ, ਤੂੰ ਟਾਈਮ ਨਾ ਮਿਸ ਕਰੇਦਾ, ਅਤੇ ਫਿਰ ਇੱਦਾਂ ਹੀ ਉੱਥੋਂ ਸ਼ੁਰੂਆਤ ਕਰਕੇ ਫਿਰ ਅਸੀਂ ਇਹ ਸੌਂਗ ਨੂੰ ਤੁਹਾਡੇ ਸਾਹਮਣੇ ਲਿਆਂਦਾ ਜੀ, ਅਤੇ ਇੱਦਾਂ ਹੀ ਚੱਲਦਾ ਹੈ ਜੀ। ਜੇ ਗੱਲ ਕਰੀਏ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਆਪ ਵੀ ਬਹੁਤ ਸਾਰੇ ਸੌਂਗਸ ਲਿਖੇ ਹੈ, ਹਾਂਜੀ, ਅਤੇ ਜੇ ਤੁਹਾਡੀ ਪਸੰਦ ਪੁੱਛਣਾ ਹੋਵੇ ਤਾਂ ਲਿਖਣ ਵਿੱਚ ਜ਼ਿਆਦਾ ਅੱਛਾ ਲੱਗਦਾ ਜਾਂ ਗਾਉਣ ਵਿੱਚ? ਦੋਵੇਂ ਆਪਣੀ ਆਪਣੀ ਜਗ੍ਹਾ ਠੀਕ ਨੇ, ਹਾਂਜੀ, ਕਿਉਂਕਿ ਉਹਦਾ ਆਪਣਾ ਇੱਕ ਟੈਕਚਰ ਹੈ, ਉਹਦਾ ਆਪਣਾ ਟੈਕਚਰ ਹੈ। ਪਰ ਤੁਹਾਨੂੰ ਕਿਹੜਾ ਜ਼ਿਆਦਾ ਪਸੰਦ ਹੈ? ਮੈਨੂੰ ਲਿਖ ਕੇ ਗਾਉਣਾ ਜ਼ਿਆਦਾ ਪਸੰਦ ਹੈ। ਅੱਛਾ ਜੀ, ਲਿਖਣਾ ਜ਼ਿਆਦਾ ਪਸੰਦ ਹੈ? ਹਾਂਜੀ ਹਾਂਜੀ। ਠੀਕ ਹੈ ਜੀ, ਅਤੇ ਜੇ ਅਸੀਂ ਫਸਟ ਸੌਂਗ ਦੀ ਗੱਲ ਕਰੀਏ, ਕਿਹੜੀ ਕਿਹੜੀ ਟੀਮ ਨੇ ਗੱਲ ਕੰਮ ਕੀਤਾ ਤੁਹਾਡੇ ਨਾਲ? ਸਭ ਤੋਂ ਪਹਿਲਾਂ ਤਾਂ ਸਪੈਸ਼ਲੀ ਅਰਸ਼ਨ ਰੰਧਾਵਾ ਜੀ, ਜਿਹੜੇ ਮੇਰੇ ਬਹੁਤ ਹੀ ਖਾਸ ਫਰੈਂਡ ਨੇ, ਉਹ ਵੀ ਸਿੰਗਰ ਨੇ, ਕਾਫੀ ਵਧੀਆ ਮਤਲਬ ਕੰਮ ਕਰਦੇ ਨੇ ਇੰਡਸਟਰੀ ਵਿੱਚ, ਅਤੇ ਉਹਨਾਂ ਨਾਲ ਮਤਲਬ ਕਿ ਮੇਰੀ ਮੁਲਾਕਾਤ ਹੋਈ। ਉਸ ਤੋਂ ਬਾਅਦ ਉਹਨਾਂ ਨੇ ਅੱਗੇ KHP ਰੈਕਟ ਤੋਂ ਹੈਗੇ ਨੇ ਵਿਕਰਮ ਭਾਅ ਜੀ, ਵਿਕਰਮ ਗਿੱਲ ਭਾਅ ਜੀ, ਬਹੁਤ ਵਧੀਆ ਕੰਮ ਕਰਦੇ, ਮਿਊਜ਼ਿਕ ਡਾਇਰੈਕਟਰ ਨੇ, ਫਿਲਮ ਡਾਇਰੈਕਟਰ ਨੇ, ਅਤੇ ਫਿਰ ਉਹਨਾਂ ਨਾਲ ਮੁਲਾਕਾਤ ਹੋਈ, ਸਾਰਾ ਕੰਮ ਸਾਰੀ ਮੈਨੇਜਮੈਂਟ ਉਹਨਾਂ ਨੇ ਦੇਖੀ ਆ, ਕਿਉਂਕਿ ਮੈਂ ਤਾਂ ਫਰੈਸ਼ੀਅਰ ਸੀ ਹੈ ਨਾ, ਮੈਨੂੰ ਤਾਂ ਕੁਛ ਪਤਾ ਹੀ ਨਹੀਂ ਸੀ ਇਸ ਚੀਜ਼ ਬਾਰੇ, ਅਤੇ ਮੇਰੇ ਕੋਲ ਸਿਰਫ ਇੱਕ ਰਾਈਟ ਕੀਤਾ ਸੌਂਗ ਸੀ ਅਤੇ ਆਪਣੀ ਆਵਾਜ਼ ਸੀ, ਅਤੇ ਅੱਗੇ ਨਿਖਾਰਨ ਵਾਲੇ ਉਹ ਆ ਵੀ ਉਸ ਨੂੰ ਸਾਰਿਆਂ ਦੇ ਰੂਬਰੂ ਕਰਨ ਵਾਲੇ ਜੀ। ਬਿਲਕੁਲ, ਅਤੇ ਫਸਟ ਸੌਂਗ ਨੂੰ ਲਾਂਚ ਕੀਤਾ, ਐਕਸਪੀਰੀਅੰਸ ਕਿਵੇਂ ਦਾ ਰਿਹਾ? ਐਕਸਪੀਰੀਅੰਸ ਬਹੁਤ ਵਧੀਆ, ਜਦੋਂ ਲੋਕ ਮੈਸੇਜ ਕਰਦੇ ਨੇ ਹੈ ਨਾ, ਫੋਨ ਕਰਦੇ ਨੇ ਕਿ ਯਾਰ ਕਿਆ ਬਾਤ ਸ਼ਿੰਦਿਆ ਤੂੰ ਆ ਗਿਆ ਯਾਰ, ਵੀ ਸੌਂਗ ਭਾਵੇਂ ਚੱਲੇ ਭਾਵੇਂ ਨਾ ਚੱਲੇ, ਪਰ ਸਾਡੇ ਵਾਸਤੇ ਨਾ ਤੂੰ ਪਾਸ ਹੀ ਪਾਸ ਹੈ ਹੈ ਨਾ, ਦਿਲ ਨੂੰ ਲੱਗੇ ਤੇਰੀ ਚੀਜ਼ ਹੈ ਨਾ, ਫਿਰ ਉਹ ਜ਼ਿਆਦਾ ਮਾਇਨੇ ਰੱਖਦੀ ਚੀਜ਼ ਕਿ ਯਾਰ ਚਲੋ ਜ਼ਿਆਦਾ ਨਹੀਂ, ਚੱਲ ਜਿੰਨੇ ਵੀ ਮੈਂ ਕੀਤੇ ਆ, ਜਿੰਨੇ ਵੀ ਲੋਕਾਂ ਤੱਕ ਮੈਂ ਪਹੁੰਚਿਆ ਵਾਂ, ਉਹ ਖੁਸ਼ ਨੇ ਜੀ, ਤੇ ਇਹਨੇ ਜੀ ਮੈਂ ਖੁਸ਼ ਹਾਂ ਜੀ। ਅਤੇ ਜਦੋਂ ਤੁਹਾਡੇ ਫੈਮਿਲੀ ਨੇ ਤੁਹਾਨੂੰ ਦੇਖਿਆ ਕਿ ਤੁਸੀਂ ਆਪਣਾ ਸੌਂਗ ਲਾਂਚ ਕਰਤਾ ਹੈ, ਬਹੁਤ ਅੱਛਾ ਰਿਸਪੌਂਸ ਮਿਲ ਰਿਹਾ, ਫੈਮਿਲੀ ਖੁਸ਼ ਸੀ? ਫੈਮਿਲੀ ਤਾਂ ਸ਼ੁਰੂ ਤੋਂ ਖੁਸ਼ ਸੀ, ਕਿਉਂਕਿ ਮੇਰਾ ਇਸ ਲਾਈਨ 'ਚ ਆਉਣ ਦਾ ਜਿਹੜਾ ਹੈ ਨਾ ਸਫ਼ਰ ਸੀ, ਉਹ ਹਮੇਸ਼ਾ ਮੇਰੇ ਨਾਲ ਸੀ, ਅਤੇ ਉਹਨਾਂ ਨੂੰ ਇੰਨਾ ਹੀ ਬੜਾ ਚਾਅ ਸੀ ਕਿ ਯਾਰ ਨਹੀਂ ਇਹ ਕਰਦਾ ਤਾਂ ਪੈਣਾ, ਇੱਕ ਨਾ ਇੱਕ ਦਿਨ ਤਾਂ ਚੱਲ ਆਪਣੇ ਆਪ ਹੀ ਹੋ ਜੂਗਾ ਹੈ ਨਾ, ਜਿਹੜਾ ਬੰਦਾ ਇੱਕ ਫੀਲਡ 'ਚ ਪੈ ਗਿਆ ਉਹਨੇ ਇੱਕ ਨਾ ਇੱਕ ਦਿਨ ਪਹੁੰਚਣਾ ਕਿਤੇ ਨਾ ਕਿਤੇ, ਜੇ ਛੱਡੇ ਨਾ ਤੇ ਹੈ ਨਾ, ਅਤੇ ਸ਼ੁਰੂ ਤੋਂ ਖੁਸ਼ ਸੀ ਅਤੇ ਪਰ ਹੁਣ ਜ਼ਿਆਦਾ ਖੁਸ਼ ਨਹੀਂ ਥੋੜ੍ਹਾ ਜਿਹਾ। ਬਿਲਕੁਲ, ਅਤੇ ਜੇ ਗੱਲ ਕਰੀਏ ਇਸ ਗਾਣੇ ਦੀ, ਬਹੁਤ ਸਾਰੇ ਲਾਈਕਸ ਇਹਨੂੰ ਮਿਲੇ, ਡਾਇਲੋਗਸ ਵੀ ਅਸੀਂ ਜਿੱਦਾਂ ਪਹਿਲੇ ਗੱਲ ਕੀਤੀ ਕਿ ਉਹਨੂੰ ਵੀ ਬਹੁਤ ਪਿਆਰ ਮਿਲਿਆ, ਅਤੇ ਇਹਦੇ 2 ਲਾਈਨਾਂ ਸਾਡੇ ਦਰਸ਼ਕਾਂ ਲਈ। ਨੀ ਜਿੱਥੇ ਰੱਖੂੰਗਾ ਮੈਂ ਪੈਰ ਕਾਰਪੇਟ ਹੋਣਗੇ, ਬੋਲੇ ਸਿੰਪਲ ਜੇ ਬੋਲ ਵੀ ਹਾਏ ਹਿੱਟ ਹੋਣਗੇ, ਲੱਗੀ ਬੈਨਰਾਂ ਦੇ ਉੱਤੇ ਮੇਰੀ ਫੋਟੋ ਹੋਊਗੀ, ਇੱਕ ਤੇਰੇ ਵੀ ਸਰਾਣੇ ਮੇਰੀ ਫੋਟੋ ਹੋਊਗੀ, ਲਿਖੂ ਸ਼ਿੰਦਾ ਤੇਰੀ ਪਹੁੰਚ ਤੋਂ ਵੀ ਦੂਰ ਦੀਆਂ ਗੱਲਾਂ, ਜਿਹਦੇ ਬੋਲ ਤੇਰੇ ਸੀਨੇ ਵਿੱਚ ਅੱਗ ਲਾਉਣਗੇ, ਯਾਦ ਰੱਖੀ ਫਿਰ ਤੈਨੂੰ ਮਿਲੂੰਗਾ ਜ਼ਰੂਰ, ਪਰ 4-5 ਬਾਂਸਰ ਵੀ ਨਾਲ ਹੋਣਗੇ। ਬਹੁਤ ਹੀ ਵਧੀਆ ਜੀ, ਇਹੀ ਸੌਂਗ ਕਿਉਂ ਚੂਜ਼ ਕੀਤਾ ਸੀ ਵੈਸੇ ਆਪਣੇ ਆਪ ਨੂੰ ਲਾਂਚ ਕਰਨ ਲਈ?
ਮੈਂ ਦੱਸਦਾ ਪਿਆ ਨਾ ਕਿ ਮੈਂ ਰਾਈਟ ਕੀਤਾ ਹਨਾ, ਸੌਂਗ ਤੇ ਹੋਰ ਵੀ ਸੀ, ਪਰ ਰਾਈਟ ਕੀਤਾ ਤੇ ਉਹ 2 ਦਿਨ ਬਾਅਦ ਹੀ ਕੁਝ ਇਦਾਂ ਦੀ ਮੂਵਮੈਂਟ ਮੈਨੂੰ ਹੋਈ, ਜਿਵੇਂ ਕਹ ਲਓ ਕਿ ਨੈਚੁਰਲ ਹੈ ਇਕਦਮ, ਕਿ ਕੋਈ ਮੇਰਾ ਹੈਗਾ ਨਹੀਂ ਸੀ, ਮੈਨੇ ਹਜੇ ਸਟਾਰਟਅਪ ਮੈਂ ਹਜੇ ਕਰਨਾ ਹੀ ਨਹੀਂ ਸੀ, ਕਿਉਂਕਿ ਮੈਨੂੰ ਡਰ ਸੀ ਕਿ ਥੋੜਾ ਹੋਰ ਠਹਿਰ ਜਾ, ਥੋੜਾ ਹੋਰ ਠਹਿਰ ਜਾ, ਥੋੜਾ ਹੋਰ ਟੈਕਨੀਕ ਨਾਲ ਹਨਾ ਚੱਲਾਂਗੇ, ਪਰ ਜਦੋਂ ਕਿਸਮਤ ਚੱਲਦੀ ਹੈ ਨਾ ਫਿਰ ਟਿਕ ਟਿਕਾ ਫੇਲ ਹੋ ਜਾਂਦੀ ਹੈ, ਦਿਮਾਗ ਖਤਮ ਹੋ ਜਾਂਦਾ ਜੀ ਜੀ, ਫਿਰ ਸਿਰਫ ਉਹ ਚੱਲਦਾ ਆਪਣੇ ਆਪ ਹੀ ਚੱਲਦਾ ਜੀ, ਤੇ ਉਹ ਜ਼ਿਆਦਾ ਵਧੀਆ ਗੱਲ ਹੈ ਜੀ ਜਿਹੜਾ ਖੁਦ ਚੱਲਦਾ ਜੀ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਇੱਕ ਲਿਰਿਸਿਸਟ ਵੀ ਹੋ, ਤੁਸੀਂ ਹੋਰ ਵੀ ਬਹੁਤ ਸਾਰੇ ਸੌਂਗਸ, ਪੋਇਮਸ, ਸ਼ੇਰੋ ਸ਼ਾਇਰੀ ਲਿਖੀ ਹੋਣੀ ਹੈ, ਉਹਦੇ 'ਚੋਂ ਤੁਹਾਡਾ ਆਪਣਾ ਕੋਈ ਇੱਕ ਫੇਵਰੇਟ ਸਾਡੇ ਦਰਸ਼ਕਾਂ ਦੇ ਰੂਬਰੂ ਕਰੋ। ਹੋ ਜਿਹੜੀ ਕਰਦੀ ਸੀ ਇਗਨੋਰ, ਮੇਰੇ ਦਿਲ ਦੀ ਸੀ ਜੋ ਚੋਰ, ਜਦੋਂ ਸੀ ਕੁਝ ਨਹੀਂ ਸੀ ਉਹ ਹੋਰ, ਹੁਣ ਹੈ ਸਭ ਕੁਝ ਹੋ ਗਈ ਹੋਰ, ਮੈਂ ਸੁਣਿਆ ਮੇਰੀ ਫੋਟੋ ਰੱਖ ਸਰਾਣੇ ਸੌਂਦੀ ਏ, ਮੈਨੂੰ ਪਤਾ ਓ ਕੱਲੀ ਬਹਿ ਕੇ ਮੇਰੇ ਗਾਣੇ ਗਾਉਂਦੀ ਏ, ਮੈਨੂੰ ਪਤਾ ਓ ਕੱਲੀ ਬਹਿ ਕੇ ਮੇਰੇ ਗਾਣੇ ਗਾਉਂਦੀ ਏ, ਜਿਹਦੀ ਯਾਦ ਕਦੇ ਸੀ ਤੰਗ ਕਰਦੀ, ਸਾਡੀ ਜ਼ਿੰਦਗੀ ਸੀ ਬੇਰੰਗ ਕਰਤੀ, ਮੈਂ ਕਦੇ ਉੱਚਾ ਬੋਲ ਨਾ ਬੋਲਿਆ ਸੀ, ਹੁਣ ਗੱਜ ਕੇ ਗਾਈ ਦਾ ਸੰਗ ਛੱਡਤੀ, ਨਿਸ਼ਿੰਦਾ ਕਿੱਦਾਂ ਲਿਖਦਾ ਗੀਤ ਕੁੜੇ ਜੇ ਇੰਨਾ ਨਾ ਤੂੰ ਤੰਗ ਕਰਦੀ, ਕਦੇ ਜਾਣ ਤੋਂ ਵੱਧ ਕੇ ਚਾਹੁੰਦਾ ਸੀ ਨੀ, ਹੁਣ ਮਾਫ਼ੀ ਚਾਹੁੰਦਾ ਹਾਂ, ਨੀ ਇੱਕ ਤਰਫੋ ਆਸ਼ਕੀ ਕਿੱਦਾਂ ਹੁੰਦੀ ਤੈਨੂੰ ਦੱਸਣਾ ਚਾਹੁੰਦਾ ਹਾਂ, ਨੀ ਇੱਕ ਤਰਫੋ ਆਸ਼ਕੀ ਕਿੱਦਾਂ ਹੁੰਦੀ ਜਾ ਤੈਨੂੰ ਦੱਸਣਾ ਚਾਹੁੰਦਾ ਹਾਂ। ਬਹੁਤ ਹੀ ਵਧੀਆ ਜੀ। ਤੇ ਜੇ ਗੱਲ ਕਰੀਏ ਰੋਲ ਮਾਡਲ ਦੀ, ਮਿਊਜ਼ਿਕ ਇੰਡਸਟਰੀ ਵਿੱਚ ਕਿਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ? ਸਤਿੰਦਰ ਸਰਤਾਜ ਜੀ। ਅੱਛਾ ਜੀ, ਹਾਂਜੀ। ਤੇ ਕੋਈ ਖਾਸ ਵਜ੍ਹਾ ਉਹਦੇ ਕਰਕੇ? ਜਿਹਨਾਂ ਦੀ ਤੁਸੀਂ ਲਿਖਤ ਦੇਖ ਲਓ ਕਮਾਲ, ਗਾਇਕੀ ਦੇਖ ਲਓ ਕਮਾਲ, ਉਹਨਾਂ ਦਾ ਤੁਸੀਂ ਤੁਸੀਂ ਬੋਲਣ ਦਾ ਤਰੀਕਾ ਕੁਛ ਵੀ ਦੇਖ ਲਓ, ਸਾਰਾ ਕੁਛ ਕਮਾਲ ਹੀ ਹੈ ਨਾ, ਉਹਨਾਂ ਦਾ ਚੱਲਣ ਦਾ ਸਟਾਈਲ, ਬੋਲਣ ਦਾ ਸਟਾਈਲ, ਸਮਝਾਉਣ ਦਾ, ਸਮਝਣ ਦਾ ਸਟਾਈਲ, ਬਸ ਕਮਾਲ ਹੀ ਹੈ ਜੀ। ਤੇ ਸਤਿੰਦਰ ਜੀ ਦਾ ਕੋਈ ਇੱਕ ਫੇਵਰੇਟ ਗਾਣਾ ਜਿਹੜਾ ਤੁਹਾਨੂੰ ਸਭ ਤੋਂ ਪਸੰਦ ਹੋ? ਵੈਸੇ ਤਾਂ ਸਾਰੇ ਪਸੰਦ ਜੀ, ਬਾਕੀ ਇੱਕ ਉਹਨਾਂ ਦਾ ਨਾ ਇੱਕ ਮੈਨੂੰ ਬਹੁਤ ਵਧੀਆ ਅੰਤਰਾ ਲੱਗਦਾ ਇੱਕ ਸੌਂਗ ਦਾ, ਹੋ ਰਜ਼ਾ ਵਿੱਚ ਰਹਿ ਕੇ ਕਿੱਦਾਂ ਮਨ ਹੁੰਦਾ ਪਾਣਾ ਸਿੱਖ ਦਾ, ਤੇ ਦੀਆਂ ਦਿੱਤੀਆਂ ਦਾ ਸ਼ੁਕਰ ਮਨਾਣਾ ਸਿੱਖ, ਉਹ ਵੀ ਤਾਂ ਗੁਜ਼ਾਰਾ ਵੇਖ ਕਰਦੇ ਵਿਦੇਸ਼ਾਂ ਵਿੱਚ, ਸਬਜ਼ੀ ਜੋ ਕੱਟਦੇ ਆ ਕੌਲੀਆਂ ਦੇ ਕੰਡੇ ਨਾਲ, ਚਾਰ ਹੀ ਤਰੀਕੇ ਆਣਾ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ। ਬਹੁਤ ਹੀ ਵਧੀਆ ਜੀ। ਜੇ ਗੱਲ ਕਰੀ ਫਿਊਚਰ ਪਲਾਨਸ ਦੀ, ਇਹ ਸੌਂਗ ਨੂੰ ਤਾਂ ਬਹੁਤ, ਚਲੋ ਤੁਹਾਨੂੰ ਲਾਈਕਸ ਵੀ ਮਿਲ ਗਏ, ਬਹੁਤ ਪਿਆਰ ਵੀ ਮਿਲ ਗਿਆ, ਅੱਗੇ ਹੋਰ ਕਿਹੜੇ ਕਿਹੜੇ ਨਵੇਂ ਪ੍ਰੋਜੈਕਟਸ ਲੈ ਕੇ ਆ ਰਹੇ ਹੋ? ਵੈਸੇ ਜਦੋਂ ਬੰਦਾ ਚੁੱਪ ਹੁੰਦਾ ਨਾ ਤੇ ਉਹ ਇੱਕ ਜਵਾਬ ਹੀ ਹੋ ਜਾਂਦਾ, ਤੇ ਇੱਕ ਕਹਿ ਲਓ ਕਿ ਤਿਆਰੀ ਕਰ ਰਹੇ ਆ, ਤਿਆਰੀ ਵੀ ਹੋ ਜਾਂਦੀ ਹੈ ਨਾ ਜੀ ਜੀ, ਤੇ ਮੇਰਾ ਸਾਹਿਬ ਮੇਰਾ ਖਿਆਲ ਹੈ ਕਿ ਸੀਨ ਆਪਾਂ ਹਜੇ ਚੁੱਪੇ ਰਹੀ ਹੈ, ਬਟ ਅੱਗੇ ਆਣਗੇ, ਬਾਕੀ ਹਾਂ ਆਣਗੇ ਜ਼ਰੂਰ, ਪਰ ਇਹ ਹੈ ਕਿ ਹਜੇ ਪ੍ਰੋਜੈਕਟ ਕਾਫੀ ਤਿਆਰ ਹੋਏ ਪਏ ਨੇ ਹਨਾ, ਤੇ ਉਹ ਹੁਣ ਡਿਸਾਈਡ ਹੁੰਦਾ ਪਿਆ, ਕਿਉਂਕਿ ਹਜੇ ਡਿਸਾਈਡ ਇਹ ਨਹੀਂ ਹੋਇਆ ਕਿ ਨੈਕਸਟ ਅਸੀਂ ਕੀ ਕਰਾਂਗੇ, ਕਿਹੜੇ ਵਾਲਾ ਸੌਂਗ, ਕਿਉਂਕਿ ਜਿਹੜੇ ਸੌਂਗ ਦੇ ਹਿਸਾਬ ਨਾਲ ਹੀ ਕੁਛ ਅੱਗੇ ਰੱਖਾਂਗੇ, ਕਿਉਂਕਿ ਫਿਰ ਇੱਕ ਟੈਕਚਰ ਨਹੀਂ ਆਪਾਂ ਖਰਾਬ ਕਰਨਾ ਆਪਣਾ, ਜੋ ਸਾਡੀ ਇੱਕ ਇਮੇਜ ਬਣ ਗਈ ਨਾ ਉਸ ਇਮੇਜ ਦੇ ਨਾਲ ਹੀ ਚੱਲਾਂਗੇ ਆਪਾਂ ਜੀ। ਤੇ ਜਿਹੜੇ ਅੱਗੇ ਨਵੇਂ ਪ੍ਰੋਜੈਕਟਸ ਤੁਸੀਂ ਕਰ ਰਹੇ ਹੋ, ਸਭ ਆਪ ਹੀ ਲਿਖੇ ਹੋਏ? ਨਹੀਂ ਨਹੀਂ, ਇਹ ਮੇਰੇ ਨਾ ਬ੍ਰਦਰ ਨੇ, ਮੇਰੇ ਬਿਗ ਬ੍ਰਦਰ ਨੇ, ਰੰਧਾਵਾ ਜੀਤ ਜੀ ਨਿਊਜ਼ੀਲੈਂਡ ਤੋਂ, ਤੇ ਸ਼ੁਰੂ ਤੋਂ ਹੀ ਮੇਰੇ ਨਾਲ ਇਕੱਠੇ ਸੀ ਨਾ, ਪੜ੍ਹੇ ਆ ਹਨਾ, ਸ਼ੁਰੂ ਤੋਂ ਹੀ ਇਕੱਠੇ ਹੀ ਰਹੇ ਹਾਂ, ਤੇ ਹੁਣ ਚਲੋ ਫੋਰਨ ਚਲੇ ਗਏ ਹਨਾ, ਤੇ ਅਗਲੇ ਪ੍ਰੋਜੈਕਟ ਸ਼ਾਇਦ ਉਹਨਾਂ ਦੇ ਵੀ ਸੌਂਗ ਹੋਣਗੇ, ਬਾਕੀ ਆਪਣੇ ਵੀ ਹੋਣਗੇ ਹਨਾ, ਇੱਦਾਂ ਹੀ ਰਲੇ ਮਿਲੇ ਇਸ ਤਰ੍ਹਾਂ ਆਉਣਗੇ। ਠੀਕ ਹੈ ਜੀ। ਜਿੱਦਾਂ ਮਤਲਬ ਕਿ ਜੋ ਚੀਜ਼ ਸਾਨੂੰ ਉਸ ਟਾਈਮ ਤੇ ਪਰਫੈਕਟ ਲੱਗੀ, ਭਾਵੇਂ ਉਹਨਾਂ ਦੀ ਹੋਵੇ ਭਾਵੇਂ ਮੇਰੀ ਹੋਵੇ, ਜੋ ਪਰਫੈਕਟ ਲੱਗੀ ਜੀ। ਤੇ ਜਿੱਦਾਂ ਅਸੀਂ ਫਿਊਚਰ ਪਲਾਨਸ ਦੀ ਗੱਲ ਕਰ ਰਹੇ ਹਾਂ, ਜਿਹੜਾ ਫਸਟ ਸੌਂਗ ਤੁਸੀਂ ਕੀਤਾ ਉਹ ਰੋਮਾਂਟਿਕ ਟਾਈਪ ਦਾ ਸੌਂਗ ਹੈ, ਅੱਗੇ ਵੀ ਇਹੀ ਜ਼ੋਨਲ ਰੱਖਣਾ ਹੈ ਜਾਂ ਥੋੜਾ ਚੇਂਜ ਕਰਨ ਬਾਰੇ ਸੋਚੋਗੇ? ਚੇਂਜ ਕਰਾਂਗੇ ਬੀਟ ਸੌਂਗਸ, ਕਿਉਂਕਿ ਜ਼ੋਨਰ ਮੈਂ ਸ਼ਾਇਦ ਸਾਰੇ ਹੀ ਟਰਾਈ ਕਰੂੰਗਾ। ਅੱਛਾ ਜੀ, ਹਾਂਜੀ, ਇੱਕ ਇੱਕ ਕਰਕੇ ਨਾ ਵਾਰ ਵਾਰੀ ਸਾਰੇ ਜ਼ੋਨਰ। ਪਰ ਵੈਸੇ ਜ਼ੋਨਰ ਤੁਹਾਡਾ ਕਿਹੜਾ ਫੇਵਰੇਟ ਹੈ? ਫੇਵਰੇਟ ਵੈਸੇ ਮੈਨੂੰ ਸਾਰੇ ਪਸੰਦ ਨੇ, ਕਿਉਂਕਿ ਕੋਈ ਇੱਕ ਫੋਕ ਵੀ ਜ਼ਿਆਦਾ ਪਸੰਦ, ਫੋਕ ਵੀ ਪਸੰਦ ਆ ਤੇ ਸੈਡ ਵੀ ਪਸੰਦ ਆ, ਜ਼ਿਆਦਾ ਸੈਡ ਫੋਕ ਦਾ, ਸੈਡ ਫੋਕ ਦਾ ਹੀ ਖਾਣਾ। ਠੀਕ ਹੈ ਜੀ। ਤੇ ਜਾਂਦੇ ਹੋਏ ਸਾਡੇ ਦਰਸ਼ਕਾਂ ਨੂੰ, ਜਿਹੜੇ ਤੁਹਾਡੇ ਫੈਨਸ ਤੁਹਾਨੂੰ ਦੇਖ ਰਹੇ ਹਨ, ਕੀ ਸੁਨੇਹਾ ਦੇਣਾ ਚਾਹੋਗੇ? ਸੁਨੇਹਾ ਸਾਰੇ ਬਹੁਤ ਸਿਆਣੇ ਆ, ਮੈਂ ਤਾਂ ਹਜੇ ਕੀ ਉਹਨੂੰ ਕਹਿੰਦੇ ਤੇ ਮੈਂ ਕੁਛ ਹੈ ਹੀ ਨਹੀਂ ਹਨਾ, ਤੇ ਪਰ ਇਹ ਆ ਵੀ ਸਾਰੇ ਹੱਸਦੇ ਖੇਡਦੇ ਰਹੋ ਤੇ ਪਿਆਰ ਕਰਦੇ ਰਹੋ ਸਾਰਿਆਂ ਨੂੰ, ਕਿਉਂਕਿ ਅੱਜ ਦੀ ਡੇਟ 'ਚ ਪਿਆਰ ਹੀ ਆ ਜਿਹੜਾ ਪਿੱਛੇ ਰਹਿ ਗਿਆ, ਬਾਕੀ ਸਾਰੇ ਅੱਗੇ ਹੈਗੇ ਹਨਾ, ਤੇ ਅਸੀਂ ਮੈਂ ਵੀ ਕੋਸ਼ਿਸ਼ ਇਹ ਹੁੰਦੀ ਕਿ ਭਾਵੇਂ ਮੇਰੇ ਤੋਂ ਕੋਈ ਦੂਰ ਹੈ ਭਾਵੇਂ ਕੋਈ ਨੇੜੇ ਆ, ਪਰ ਸਿਰਫ ਪਿਆਰ ਹੀ ਆ ਜਿਹੜੇ ਬੰਦੇ ਨੂੰ ਜੋੜ ਕੇ ਰੱਖਦਾ, ਅਤੇ ਪਿਆਰ ਹੀ ਕਰੋ ਬਸ।
ਜੀ ਸ਼ਿੰਦਰ ਜੀ ਤੁਸੀਂ ਸਾਡੇ ਸ਼ੋਅ ਵਿੱਚ ਆਏ, ਸਾਡੇ ਦਰਸ਼ਕਾਂ ਦੇ ਰੂਬਰੂ। ਮੇਰਾ ਵੈਸੇ ਨਾਮ ਦਾ ਮਤਲਬ ਵੀ ਵੈਸੇ ਪਿਆਰ ਹੀ ਹੈ, ਕਿਉਂਕਿ ਸ਼ਿੰਦਾ ਆਪਾਂ ਉਹਨੂੰ ਕਿਹਾ ਜਾਂਦਾ ਜਿਹਦੇ ਨਾਲ ਬਹੁਤ ਪਿਆਰ ਹੋਵੇ, ਹੈ ਨਾ, ਸ਼ਿੰਦਾ ਪੁੱਤ ਜਿਵੇਂ, ਹੈ ਨਾ, ਇਮਾਮ ਕਹਿੰਦੇ ਆ, ਤੇ ਉਹ ਫਿਰ ਪਿਆਰ ਤੋਂ ਸ਼ੁਰੂਆਤ ਹੈ ਆਪਣੀ ਤੇ ਪਿਆਰ ਤੇ ਖਤਮ। ਜੀ ਬਿਲਕੁਲ, ਤੁਸੀਂ ਸਾਡੇ ਸ਼ੋਅ ਵਿੱਚ ਆਏ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਥੈਂਕ ਯੂ।